ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਰੁਬਰ ਰਾਜਣ ਤੇ ਮਾਰਨਿੰਗ ਟਾਈਮ ਲਾਈਵ ਹੋਈ ਹੈ। ਮੈਂ ਕਿਹਾ ਦੇਖੀਏ, ਕਾਫੀ ਸਾਰੇ ਦੋਸਤਾਂ ਨਾਲ ਗੱਲਬਾਤ ਕਰੀਏ। ਤੇ ਅੱਜ ਤਾਂ ਮਾਰਨਿੰਗ ਧੁੰਦ ਬਹੁਤ ਸੀ ਤੇ ਹੁਣ ਥੋੜਾ ਜਿਹਾ ਸਾਫ ਹੋਇਆ ਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀ। ਮੈਂ ਕਿਹਾ ਚੱਲ ਅੱਜ ਦਿਖਾਉਣੇ ਸਾਰੇ ਬਾਈਆਂ ਨੂੰ ਘਰ ਚ ਖੇਤੀ, ਹੈਨਾ, ਜਿਹੜੇ ਘਰ ਚ ਖੇਤੀ ਕਰਦੇ ਹਨ। ਆਹ ਦੇਖੋ, ਸਾਡੇ ਘਰ ਚ ਖੇਤੀ ਆ ਤੇ ਕਿੰਨੇ ਜਾਣੇ ਕੰਮ ਲੱਗੇ ਹੋਏ ਆ। ਉਹ ਦੇਖੋ, ਆਹ ਦੇਖੋ, ਡੈਡੀ ਗਾਜਰਾਂ ਪੱਟੀ ਜਾਂਦੇ ਹਨ। ਮੈਨੂੰ ਵਿੱਚ ਲੋ ਚਾ, ਠੀਕ ਆ ਬਈ। ਜਗਤਾਰ ਸਿੰਘ ਕੀ ਹਾਲ ਆ? ਤੇ ਆਹ ਮਾਸੜ ਜੀ ਸਾਡੇ, ਤੇ ਆਹ ਮੂੰਗਰੇ ਤੋੜਨ ਵਾਲੀ ਟੀਮ ਆ, ਜਿਹੜੇ ਮੂੰਗਰੇ ਤੋੜੀ ਜਾਂਦੇ ਆ, ਹਨਾ। ਮੰਮੀ ਵਰਗੇ ਬਹਿ ਕੇ ਆ, ਉਧਰ ਪਿੱਛੇ ਮਾਮਾ ਲੱਗਿਆ ਪਿਆ। ਆ ਸਾਡਾ ਉਹਦੇ ਵੀਰ ਆ, ਇਹ ਗਾਜਰਾਂ ਸਾਡੀਆਂ ਆਪਦੀਆਂ ਪੱਟ ਕੇ ਆਰਗੈਨਿਕ ਖਾਈ ਜਾਂਦਾ, ਹਨਾ। ਇਹ ਵੀ ਆ, ਹਾਂ। ਇਹ ਵੇਖ ਲੋ ਵੀ ਘਰ ਚ ਖੇਤੀ, ਜੇ ਬਾਹਰ ਜਾਣਾ ਕਿੱਥੇ ਘੋਲ ਮੰਨਣੀ ਸੀ ਇਹਨਾਂ ਨੇ। ਤੇ ਵੀ ਜਮਨੇ ਆ, ਇਹ ਆ ਉਹ ਆ, ਤੇ ਇਥੋਂ ਇਧਰੋਂ ਘਰੋਂ ਨਿਕਲੀ ਦਾ ਬਾਹਰ, ਤੇ ਇਧਰ ਸਾਡੀ ਖੇਤੀ ਆ ਸਾਡੀ। ਤੇ ਹੁਣੇ ਹੁਣੇ ਆਪਾਂ ਵੀ ਛਟਕਾ ਜਾ ਕਰਕੇ ਸਾਡੇ ਮਾੜਾ ਮੋਟਾ ਦੇ ਬੂਟਿਆਂ ਦੇ ਨਾ ਸਿਆਲ ਕਰਕੇ ਗੋਰੇ ਨਾਲ ਹੋਰ ਹੀ ਹੋ ਗਈ, ਜਿਵੇਂ ਆ ਸਾਡੀ ਤੁਲਸੀ ਜੀ ਸੜ ਗਈ, ਹਨਾ। ਆਹ ਚੀਕੂ ਦੇ ਉੱਤੋਂ ਹੋ ਗਿਆ, ਆਹ ਹੁਣ ਪਾਣੀ ਛਿੜਕਿਆ ਤੇ ਇਹਨਾਂ ਦੇ ਪੱਤੇ ਥੋੜੇ ਜਿਹੇ ਸਹੀ ਹੋਏ ਆ। ਪਹਿਲਾਂ ਤਾਂ ਹੋਰ ਹੀ ਗਰਦ ਜੀ ਜੰਮੀ ਵੀ ਸੀ ਇਹਨਾਂ ਤੇ। ਇਹਨੇ ਨਾਲ ਮਤਲਬ ਸਵੇਰੇ ਸਵੇਰੇ ਨਾਲੇ ਆਪਦੇ ਆਪ ਨੂੰ ਫਰੈਸ਼ ਜਿਹਾ ਮਹਿਸੂਸ ਕਰੀਦਾ ਇਹ ਖੇਤ ਚ ਆ ਗਏ, ਹਨਾ। ਤੇ ਨਾਲੇ ਆਪਾਂ ਸਾਰੀਆਂ ਵਰਾਇਟੀਆਂ ਤੇ ਸਾਗ ਵੀ ਰੱਜ ਕੇ ਖਾਧਾ ਕਿ ਸਾਗ ਹੁਣ ਕੋਰੇ ਨਾਲ ਸਾਡੇ ਆਲੂ ਜੇ ਹੋ ਗਏ, ਹੁਣ ਇਹਦੇ ਨੂੰ ਪੱਟ ਕੇ ਆਪਾਂ ਗੰਡੇ ਗੁੰਡੇ ਲਾਵਾਂਗੇ ਦੁਬਾਰਾ, ਹਨਾ। ਤੇ ਆਹ ਸਾਡੀ ਕਪੋਸ਼ਨ ਖਾਦ ਜਿਹਨੂੰ ਬੋਲਦੇ ਆ, ਇਹ ਸਾਡੀ ਆਪਦੀ ਖਾਦ ਤਿਆਰ ਕਰੀ ਜਾਂਦੇ ਅਸੀਂ। ਵਿੱਚ ਆਂਡਿਆਂ ਦੇ ਛਿੱਲੜ ਆ ਨਾ, ਸੰਤਰੇ ਦੇ ਹੋ ਗਏ, ਸੇਬ ਦੇ ਹੋ ਗਏ, ਐਪਲ ਜੋ ਵੀ ਆ, ਕੇਲਿਆਂ ਕੂਲਿਆਂ ਦੇ ਛਿੱਲੜ, ਉਹਦੇ ਚ ਪਾ ਕੇ ਇਹਨੂੰ ਉੱਤੋਂ ਢੱਕ ਦਾਂਗੇ ਗਿੱਲਾ ਜਿਹਾ ਕਰਕੇ, ਤੇ ਫੇਰ ਆਪਾਂ ਬਣ ਗਏ ਜਿਹੜੀ ਕਪੋਸ਼ਣ ਖਾਦ ਆ। ਤੇ ਸਾਰਾ ਕੁਛ ਔਰਗੈਨਿਕ ਆ ਆਪਣਾ, ਤੇ ਸਿਹਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਾ। ਆਹ ਲਸਣ ਬਾਅਦ ਚ ਲਾਇਆ, ਇੱਥੋਂ ਸਾਗ ਸੀ ਵੀ ਮਿੱਤਰੋ, ਪਹਿਲਾਂ ਤੇ ਸਾਗ ਬੀਜਿਆ ਸੀ ਤੇ ਹੁਣ ਬਾਅਦ ਚ ਲੇਟ ਆਪਾਂ ਲਸਣ ਲਾਤਾ, ਲਸਣ ਵੀ ਹੋਈ ਜਾਂਦਾ, ਲਸਣ ਆਪਣਾ ਪਰਲੇ ਪਾਸੇ ਵੀ ਵਧੀਆ ਲੱਗਿਆ ਵਾ। ਤੇ ਨਾਲੇ ਪੂਰੇ ਇੰਜੋਏ ਕਰਦੇ ਆ, ਬੱਚੇ ਵੀ ਆਉਂਦੇ ਆ ਨਾ, ਖੇਡਦੇ ਆ, ਤੇ ਨਾਲੇ ਇੱਥੇ ਹਰਿਆ ਵੱਲ ਮੱਥੇ ਲੱਗਦੀ ਆ, ਤੇ ਜਦੋਂ ਹਰਾ ਮੱਥੇ ਲੱਗਦਾ ਤੇ ਸਮਝ ਲਓ ਪੂਰਾ ਇੰਜੋਏਮੈਂਟ ਹੁੰਦੀ ਹੈ। ਤੇ ਉਹਦੇ ਵੀਰ ਦੀ ਫਲਾਵਰ ਚ ਫੋਟੋ ਬਾਅਦ ਚ ਕਰਦੇ ਆ, ਪਹਿਲਾਂ ਮੈਂ ਵੀਡੀਓ ਬਣਾ ਲਾ ਮਿੱਤਰਾਂ ਨਾਲ। ਤੇ ਬਲਜਿੰਦਰ ਸਿੰਘ ਹਰੀਨੌ ਤੋਂ ਸਾਨੂੰ ਦੇਖੀ ਜਾਂਦੇ ਲਾਈਵ। ਤੇ ਹੋਰ ਫਿਰ ਮਾਸੜ ਕੀ ਕਹਿਣਾ ਚਾਹੁੰਦਾ ਸਾਡੀ ਖੇਤੀ ਬਾਰੇ? ਹੈ ਮਤਲਬ ਤੁਹਾਡੇ ਤੁਹਾਡੇ ਵੀ ਬੋਲ ਦੋ ਨੋਟ ਕੀਤੇ ਜਾਣ, ਕੀ ਕਹਿਣਾ ਚਾਹੁੰਦੇ? ਮਤਲਬ ਵਧੀਆ ਵਧੀਆ ਲੱਗੇ, ਹਾਂ। ਸਾਰਿਆਂ ਨੂੰ ਮਤਲਬ ਚਾਹੀਦਾ ਕਿ ਨਹੀਂ ਵੀ ਥੋੜਾ ਜਿਹਾ? ਆਹ ਵੇਖ ਲੋ, ਇੰਨਾ ਸਾਨੂੰ ਨਾਲੇ ਇੱਕ ਚੀਜ਼ ਹੋਰ ਆ, ਆਹ ਨਾਲੇ ਪੱਠੇ ਬਣ ਗਏ, ਉਸ ਤੋਂ ਗਾਜਰਾਂ ਦੇ ਜਿਹੜੇ ਛਿੱਲੜ ਜੇ, ਨਾਲੇ ਮਟਰਾਂ ਮੋਟਰਾਂ ਦੇ ਜੋ ਵੀ ਛਿੱਲੜ ਆ, ਨਾਲੇ ਬਣ ਗਿਆ ਆਪਣਾ ਮਤਲਬ ਦੁੰਨ ਥੋੜਾ ਜਿਹਾ ਥਾਂ ਛੱਡ ਕੇ ਤੇ ਘਰ ਚ ਬੀਜੋ, ਹਨਾ। ਤੇ ਨਾਲੇ ਹੈ ਕਰੇਲੇ ਵੀ ਕੋਰੇ ਨਾ ਮਾਰੇ ਗਏ ਵਿਚਾਰੇ, ਤੇ ਕਰੇਲੇ ਹੁਣ ਵੈਸੇ ਅਸੀਂ ਖਾ ਬਹੁਤ ਲਏ ਆ, ਕਰੇਲੇ ਬਹੁਤ ਲੱਗੇ ਸੀ ਇਹਨੂੰ, ਤੇ ਕਰੇਲਿਆਂ ਦੀ ਵੱਲ ਵੀ ਆ, ਹਨਾ, ਲੱਗੀ ਏ। ਤਕਰੀਬਨ ਸਾਰੀਆਂ ਵਰਾਇਟੀਆਂ ਲਾਈਆਂ ਸੀ ਆਪਾਂ, ਤੇ ਅਸੀਂ ਚਾਹੁੰਦੇ ਵੀ ਸਾਰੇ ਲੋਕੀ ਬਾਬਾ ਮਿਹਰ ਕਰੇ ਕਿ ਤੰਦਰੁਸਤ ਰਹਿਣ ਤੇ ਚੰਗੀਆਂ ਚੀਜ਼ਾਂ ਖਾਣ, ਹਨਾ, ਤੇ ਚੰਗਾ ਹੀ ਖਾਣ ਤੇ ਚੰਗਾ ਹੀ ਬੋਲਣ। ਤੇ ਸਾਰਿਆਂ ਨੂੰ ਇਹ ਹੈ ਕਿ ਮਤਲਬ ਫਿਟਨੈਸ ਲਈ ਧਿਆਨ ਦਿਓ, ਹਨਾ, ਜ਼ਿਆਦੇ। ਤੇ ਬਾਬਾ ਮਿਹਰ ਕਰੇ ਕਿ ਸਾਰੇ ਬੱਚੇ ਬੰਦੇ ਸਾਰੇ ਤੰਦਰੁਸਤ ਰਹਿਣ ਤੇ ਹਰੀਆਂ ਭਰੀਆਂ ਸਬਜ਼ੀਆਂ ਖਾਣ, ਜਿਹੜੇ ਦੂਜੇ ਅੱਜ ਕੱਲ ਚੱਲਦੇ ਫਾਸਟ ਫੂਡ ਯੇ ਵੋ, ਹਨਾ। ਹਾਂਜੀ, ਖਾਓ ਜੇ ਕਦੇ ਕਦੇ ਨਾ ਕਦੇ ਫਨ ਟਾਈਮ ਕਰਨਾ, ਖਾ ਵੀ ਲਓ,
ਪਰ ਰੂਟੀਨ ਚ ਇਹਨੂੰ ਤੁਸੀਂ ਆਪਦਾ ਉਹ ਨਾ ਬਣਾਓ, ਡਾਇਟ ਨਾ ਬਣਾਓ ਵੀ ਤੁਸੀਂ ਰੂਟੀਨ ਚ ਬਰਗਰ ਪੀਜ਼ੇ ਖਾਈ ਜਾਂਦੇ ਆ। ਤੇ ਇੰਨੇ ਨਾ ਚਲੋ ਵਧੀਆ ਲੱਗਦਾ ਜਦੋਂ ਅਸੀਂ ਇਧਰੋਂ ਘਰੋਂ ਨਿਕਲਦੇ ਆ, ਨਿਕਲਦੇ ਸਾਰੇ ਕਿਤੇ ਕੋਈ ਮੂੰਗਰੇ ਤੋੜਦਾ, ਕੋਈ ਮੂਲੀ ਤਾਜ਼ੀ ਪੱਟ ਕੇ ਲੈ ਕੇ ਜਾਂਦਾ ਨਾ, ਤੇ ਤਾਜ਼ਾ ਤਾਜ਼ਾ ਹੀ ਖਾਈਦਾ ਨਾਲੇ ਨਾ। ਬਲਜਿੰਦਰ ਸਿੰਘ ਕੀ ਲਿਖਦੇ ਪਏ ਆ, ਗੁੱਡ ਬਾਈ ਜੀ ਗੁੱਡ ਟਾਈਮ ਪਾਸ ਟਾਈਮ, ਨਹੀਂ ਸਹੀ ਗੱਲ ਆ, ਨਾਲੇ ਟਾਈਮ ਪਾਸ ਹੋ ਜਾਂਦਾ ਨਾਲੇ ਗੁੱਡ ਸਿਹਤ ਆ ਨਾ ਵਧੀਆ। ਤੇ ਹੋਰ ਜਗਤਾਰ, ਜਗਤਾਰ ਮੈਨੂੰ ਵੀ ਲੈ ਲਓ, ਜਗਤਾਰ ਕੀ ਕਹਿੰਦਾ, ਜਗਤਾਰ ਨੂੰ ਪੁੱਛ ਲੈਂਦੇ ਆ। ਜਗਤਾਰ ਜਗਤਾਰ ਹੁਣ ਆਫਲਾਈਨ ਹੋ ਗਿਆ, ਨਹੀਂ ਜਗਤਾਰ ਨੂੰ ਵੀ ਲਾਈਵ ਲੈ ਲੈਂਦੇ ਆਪਾਂ। ਹਾਂ ਠੀਕ ਹੈ ਮਿੱਤਰੋ, ਮੇਰਾ ਮਤਲਬ ਪਰਪਜ ਇਹੀ ਸੀਗਾ ਦਿਖਾਉਣ ਦਾ ਤੁਹਾਨੂੰ ਸਾਰਿਆਂ ਨੂੰ। ਵੈਸੇ ਤਾਂ ਤੁਸੀਂ ਸਾਰੇ ਹੀ ਮਤਲਬ ਐਕਟਿਵ ਆ ਨਾ, ਸਾਰੇ ਅੱਜ ਕੱਲ ਬੰਦੇ ਜਿਹੜੇ ਵੀ ਆ ਨਾ ਦੇਖ ਰਹੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਆ, ਜਿਮ ਜੁਆਇਨ ਕਰਦੇ ਆ ਨਾ, ਤੇ ਸਾਰੇ ਐਕਟਿਵ ਆ, ਸਿਹਤ ਦਾ ਧਿਆਨ ਰੱਖਦੇ ਕਿਉਂਕਿ ਅੱਜ ਕੱਲ ਖਾਣ ਪੀਣ ਹੀ ਮੇਨ ਸਾਡਾ ਜਿਹੜਾ ਡਾਇਟ ਚਾਰਟ ਹੀ ਆ ਜਿਹੜਾ ਸਾਡਾ ਬੋਡੀ ਨੂੰ ਵਿਗਾੜ ਰਿਹਾ, ਤੇ ਜਿਹਦੇ ਕਰਕੇ ਹਸਪਤਾਲਾਂ ਚ ਨਾ ਜ਼ਿਆਦਾ ਲੋਕੀ ਜਾਂਦੇ ਆ। ਤੇ ਜੇ ਸਾਡਾ ਖਾਣ ਪੀਣ ਹੀ ਸਹੀ ਹੋ ਜਾਵੇ ਤੇ ਅਸੀਂ ਤੰਦਰੁਸਤ ਰਹੀਏ, ਤੇ ਹਨਾ ਇਹੀ ਮੈਂ ਕਿਹਾ ਚਲੋ ਸਾਰਿਆਂ ਨਾਲ ਨਾਲੇ ਮਿਲਦੇ ਆ ਵੇਨੇ ਨਾਲੇ ਲਾਈਵ ਕਿਹੜੇ ਕਿਹੜੇ ਹੁੰਦੇ ਆ। ਤੇ ਜੇ ਸਾਡੀ ਛੋਟੀ ਜੀ ਇਹ ਖੇਤੀਬਾੜੀ ਤੁਹਾਨੂੰ ਕਿਵੇਂ ਲੱਗੀ ਇਹਨੂੰ ਸ਼ੇਅਰ ਕਰ ਦਿਓ ਹਨਾ, ਜਿਹੜੇ ਵੀ ਕੋਈ ਘਰ ਚ ਖਾਂ ਖਾਲੀ ਰੱਖੀ ਬੈਠੇ ਆ ਉਹ ਚਲ ਏਦਾਂ ਆਪਦੀਆਂ ਖੇਤੀਬਾੜੀ ਲਾਉਣ ਤੇ ਨਾਲੇ ਤਾਜ਼ਾ ਖਾਣ ਹਨਾ। ਹਾਂ ਘਰੇਲੂ ਬਗੀਚੀ ਲਾਉਣ, ਤੁਸੀਂ ਵੀ ਬੋਲਣਾ ਚਾਹੁੰਦੇ ਕੁਛ ਬੋਲੋ। ਖਾਓ ਮੇਨ ਮਤਲਬ ਇਹੀ ਆ ਵੀ ਸਾਰੇ ਅੱਜ ਕੱਲ ਜਿਹੜਾ ਦੇਖੋ ਮੇਰਾ ਪੀਪੀ ਵੱਧਦਾ, ਮੇਰਾ ਤੇਜ਼ਾਬ ਵੱਧਦਾ ਹਨਾ, ਇਹ ਚੀਜ਼ਾਂ ਚੋਂ ਮਤਲਬ ਸਾਰੀ ਆ। ਤੇ ਚਲੋ ਠੀਕ ਆ ਮਿੱਤਰੋ, ਕਿਵੇਂ ਲੱਗਿਆ ਸਾਡਾ ਉਹਦੇ ਕਹਿਣਾ ਨੂੰ ਉਹਦੇ ਟੂਰ, ਸਾਡਾ ਖੇਤੀ ਛੋਟੀ ਖੇਤੀ ਦਾ ਟੂਰ ਤੁਹਾਨੂੰ ਕਿਵੇਂ ਲੱਗਿਆ ਤੇ ਸਾਨੂੰ ਕਮੈਂਟ ਜ਼ਰੂਰ ਕਰਿਓ ਵੀ ਸਾਡਾ ਜਿਹੜਾ ਖੇਤੀ ਦਾ ਛੋਟੀ ਜਿਹੀ ਖੇਤੀ ਅਸੀਂ ਕੀਤੀ ਵੀ ਆ ਤੇ ਤੁਹਾਨੂੰ ਕਿਵੇਂ ਲੱਗੀ ਆ। ਤੇ ਜਿਉਂਦੇ ਵਸਦੇ ਰਹੋ, ਰੱਬ ਰਾਖਾ, ਮਿਲਦੇ ਹਾਂ ਕਿਸੇ